सत श्रीकाल दोस्तों, सराज केसरी वेख रहे सारे ही दर्शकों का स्वागत है। मैं हाँ साजन गुगलानी, इस वक्त की वड्डी अपडेट लैके हाजिर होया। जिवें कि बीते दिनी फाजिलका के पिंडा दे विच हड़ां नूं लैके काफ़ी नुकसान होया सी, लेकिन हड़ां तों बाद जिहड़ा है फाजिलका के विधायक के वलों एक बार फिर तो पिंडा दे वल कूच की गई है। पिंडा के लोगों के नाल गलबात करते हुए होर की कुछ किया, आओ गलबात कराउने आ विधायक नरिंद्रपाल सिंह सवना के नाल। वेखो ये तस्वीर किस तरह जायजा लैण दे लई पहुंचे ने। सब अज तुसी पिंड दोना नानका विखे पहुंचे हो, हड़ प्रभावित हड़ तो बाद तुसी इन्हां जगह का दौरा कर रहे हो, किहो जिहे हालात ने हुण इत्थे? जो पिछले समय हड़ आया तकरीबन 2 महीने लगातार साढ़े फाजिलका हल्के के सरहदी पिंडा दे विच्चों पानी हड़ दा निकलता रहा, रुकिया ही नहीं। साढ़े पिंड तेजा रहेला, चक रहेला, दोना नानका, महात्म नगर, अपना टाणी सद्दा सिंह है, राम सिंह पैणी है, चंगड़ पैणी, गट्टी नंबर 1, गुलाबा पैणी, रेते वाली पैणी, उस पासे नूर शाह पिंड है, टाणी मोहना राम, कुरका, गुद्दड़ पैणी, मुहार जमशेर है, मुहार खीरा वाली साइड, जो ये सारे पिंड इस हड़ की मार हेठ आए से। उस तो बाद हुण जदों पानी निकलिया ਤਾਂ ਪਿੰਡਾਂ ਦੇ ਵਿੱਚ ਅਸੀਂ ਜਿਹੜਾ ਦੌਰਾ ਕਰ ਰਹੇ ਹਾਂ, ਮੇਰੇ ਨਾਲ SDM ਸਾਹਿਬ ਨੇ, ਨਾਇਬ ਤਹਿਸੀਲਦਾਰ ਸਾਹਿਬ ਨੇ, ਅਧਿਕਾਰੀ ਨੇ, ਔਰ ਪਿੰਡਾਂ ਦੇ ਜਿਹੜੇ ਸਾਡੇ ਲੋਕ ਨੇ, ਇਹ ਸਾਨੂੰ ਦਿਖਾ ਰਹੇ ਨੇ ਕਿ ਜੋ ਫਸਲਾਂ ਜਿਹੜੀਆਂ ਪਿਛਲੀਆਂ ਸੀ ਉਹ ਤਾਂ ਤਬਾਹ ਹੋਈਆਂ ਹੀ ਨੇ, ਔਰ ਜ਼ਮੀਨਾਂ ਦੇ ਉੱਪਰ ਜਿਹੜਾ 2.5 ਤੋਂ ਲੈ ਕੇ 3 ਫੁੱਟ 4 ਫੁੱਟ ਜੋ ਰੇਤਾ ਦਰਿਆ ਦਾ ਜਿਹੜਾ ਨਾਲ ਪਾਣੀ ਦੇ ਆਇਆ ਵਹਿ ਕੇ, ਉਹ ਰੇਤਾ 3-4 ਫੁੱਟ ਜਿਹੜਾ ਜ਼ਮੀਨਾਂ ਦੇ ਉੱਪਰ ਚੜ ਗਿਆ, ਔਰ ਮੈਨੂੰ ਦਿਖਾਇਆ ਇਹਨਾਂ ਨੇ, ਔਰ ਇਹਦਾ ਜਿਹੜਾ ਹੱਲ ਕੱਢਣ ਲਈ ਜੋ ਲੋਕਾਂ ਨੇ ਸਾਨੂੰ ਇੱਥੇ ਦੱਸਿਆ, ਔਰ ਅਸੀਂ ਪਲਾਨ ਬਣਾ ਕੇ ਸਰਕਾਰ ਲੈਵਲ 'ਤੇ SDM ਸਾਹਿਬ ਨੇ, ਸਾਡੇ DC ਸਾਹਿਬ ਨੇ, ਇਸ ਰੇਤੇ ਨੂੰ ਅਸੀਂ ਕਿਸ ਤਰ੍ਹਾਂ ਕੱਢ ਸਕਦੇ ਹਾਂ ਔਰ ਕਿਸਾਨਾਂ ਦੀ ਜਿਹੜੀ ਮਦਦ ਕਿਸ ਤਰ੍ਹਾਂ ਹੋ ਸਕਦੀ, ਉਹ ਜਿਹੜੀ ਬੜੀ ਹੁਣ ਜਲਦੀ ਮੀਟਿੰਗ ਕਰਕੇ ਉਹਦੇ ਵਿੱਚ ਕੋਈ ਜਿਹੜਾ ਨਵਾਂ ਫੈਸਲਾ ਲਵਾਂਗੇ। ਕਿਸ ਤਰ੍ਹਾਂ ਦੀ ਮਦਦ ਕਰਨ ਦਾ ਤੁਸੀਂ ਕਹਿ ਰਹੇ ਹੋ ਕਿ ਆਪਾਂ ਇਹਨਾਂ ਦੀ ਮਦਦ ਕਰਾਂਗੇ? ਮਦਦ ਦੇਖੋ, ਮੈਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਇਸ ਬਾਰੇ ਅੱਜ ਹੀ ਗੱਲ ਕਰਾਂਗਾ, ਔਰ DC ਸਾਹਿਬ ਨਾਲ, ਔਰ ਅਸੀਂ ਬੈਠ ਕੇ ਸਲਾਹ ਕਰਕੇ ਅਸੀਂ ਕਿਸ ਤਰੀਕੇ ਨਾਲ ਇਹ ਜਿਹੜਾ ਰੇਤਾ ਹੈ ਇਹਨੂੰ ਇੱਥੋਂ ਅਸੀਂ ਕੱਢ ਸਕਦੇ ਹਾਂ, ਔਰ ਜਿਹੜਾ ਦੁਬਾਰਾ ਫਿਰ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਉੱਥੇ ਫਸਲ ਆਪਦੀ ਬੀਜ ਸਕਣ, ਉਸ ਦੇ ਬਾਰੇ ਜਿਹੜਾ ਅਸੀਂ ਅੱਜ ਜਿਹੜਾ ਪਲਾਨ ਬਣਾ ਕੇ ਕੀ ਤਰੀਕਾ ਇਹਦੇ ਵਰਤਿਆ ਜਾ ਸਕਦਾ, ਕਿਵੇਂ ਰੇਤਾ ਕੱਢਿਆ ਜਾ ਸਕਦਾ, ਕਿਉਂਕਿ ਸਰਹੱਦੀ ਇਲਾਕਾ ਹੈ ਜਿਹਦੇ ਵਿੱਚ ਬੜੀਆਂ ਦਿੱਕਤਾਂ ਪਹਿਲਾਂ ਵੀ ਆਉਂਦੀਆਂ ਨੇ, ਔਰ ਹੁਣ ਕਿਸਾਨਾਂ ਦੀ ਮਦਦ ਕਰਨੀ ਹੈ ਤਾਂ ਇਸ ਰੇਤੇ ਨੂੰ ਜਿਹੜਾ ਜ਼ਰੂਰੀ ਸਾਨੂੰ ਚੱਕਣਾ ਪੈਣਾ, ਤਾਂ ਹੀ ਇਹ ਜਿਹੜੇ ਲੋਕ ਨੇ, ਜਿਹੜੇ ਸਾਡੇ ਕਿਸਾਨ ਨੇ, ਦੁਬਾਰਾ ਫਿਰ ਆਪਦੀਆਂ ਜ਼ਮੀਨਾਂ ਜਿਹੜੀਆਂ ਉੱਥੇ ਫਸਲਾਂ ਬੀਜ ਸਕਣਗੇ। ਕਿੰਨਾ ਰਕਬਾ ਹੈ ਜਿਹਦੇ ਵਿੱਚ ਇਹ ਰੇਤਾ ਭਰਿਆ ਹੋਇਆ ਹੈ ਜੀ? ਤਕਰੀਬਨ ਸਾਰੇ ਪਿੰਡ ਹੀ ਨੇ ਜੀ, ਇਹ ਜਿੰਨੇ ਮੈਂ ਦੱਸੇ ਨੇ, ਉਹਨਾਂ ਦੇ ਜਿਹੜੇ ਨਾਲ ਨਾਲ ਲੱਗਦੇ ਨੇ ਦਰਿਆ ਦੇ, ਇਹਨਾਂ ਦਾ ਮੈਨੂੰ ਲੱਗਦਾ ਹੋਊਗਾ 150-200 ਏਕੜ ਦੋਨਾਂ ਨਾਨਕਾ ਦਾ, ਇਸੇ ਤਰ੍ਹਾਂ ਪਿਛਲੇ ਪਿੰਡਾਂ ਦਾ ਇੰਨਾ ਇੰਨਾ।